डीसी मोटर, ये सब तो साधारण मोटर है जो तुसी अपने आप बना सकते हो। बनाने की समग्री 2 चुंबक, 1.5 वोल्ट बैटरी, कैंची, 2 बक्सुए, साइकिल की ट्यूब के छल्ले, 1.5 मीटर तांबे की तार, कटर 1.5 मीटर कापर की इंसुलेटेड तार में बैटरी उपर गोल गोल घुमाओ और कोयल में बैटरी तो उतार लो। तार के दोवें सिरों को फड़ के कोयल के उत्ते गंडा मार दो। ਦੋਵੇਂ ਗੰਡਾ ਇੱਕ ਦੂਜੇ ਦੇ ਸਾਹਮਣੇ ਇਸ ਤਰ੍ਹਾਂ ਮਾਰੋ ਕਿ ਬਾਕੀ ਬਚਦੇ ਸਿਰੇ ਇਸ ਦੇ ਵਿਆਜ ਦੇ ਆਹਮੋ ਸਾਹਮਣੇ ਹੋ ਜਾਣ। ਦੋਵੇਂ ਸਿਰਿਆਂ ਨੂੰ ਕੱਟ ਦਿਓ ਤਾਂ ਕਿ ਇਹ 3 ਸੈਂਟੀਮੀਟਰ ਲੰਬੇ ਰਹਿ ਜਾਣ। ਕੁੰਡਲੀ ਤਿਆਰ ਹੈ, ਪਰ ਇੱਕ ਕੰਮ ਰਹਿੰਦਾ ਹੈ, ਇੱਕ ਕਟਰ ਨਾਲ ਇਸ ਦੀਆਂ ਕਿਨਾਰਿਆਂ ਤੇ ਚੜੀ ਇੰਸੂਲੇਸ਼ਨ ਦੀਆਂ 3 ਪਾਸੇ ਦੀਆਂ ਪਰਤਾਂ ਉਤਾਰ ਦਿਓ, ਪਰ 1 ਪਾਸੇ ਦੀ ਪਰਤ ਰਹਿਣ ਦਿਓ। ਦੂਜੇ ਸਿਰੇ ਦੀ 4 ਪਾਸੇ ਦੀਆਂ ਪਰਤਾਂ ਉਤਾਰ ਦਿਓ। ਕੁੰਡਲੀ ਹੁਣ ਤਿਆਰ ਹੈ, ਇਸਦੇ 1 ਸਿਰੇ ਤੇ 1 ਪਾਸੇ ਇੰਸੂਲੇਸ਼ਨ, 3 ਪਾਸੇ ਤਾਂਬਾ ਹੈ, ਪਰ ਦੂਜੇ ਪਾਸੇ ਤੇ 4 ਪਾਸੇ ਤਾਂਬਾ ਹੈ। ਹੁਣ ਸਾਈਕਲ ਦੀ ਟਿਊਬ ਦੇ ਛੱਲੇ ਸੈੱਲ ਉੱਪਰ ਇੱਕ ਦੂਜੇ ਸਿਰੇ ਨਾਲ ਕ੍ਰੋਸ ਕਰਕੇ ਚੜਾਓ। ਇੱਕ ਰਬੜ ਬੈਂਡ ਵਿੱਚ 2 ਚੁੰਬਕ ਇੱਕ ਦੂਜੇ ਦੇ ਉੱਪਰ ਰੱਖ ਕੇ ਫਸਾਓ। ਦੂਜੇ ਰਬੜ ਦੇ ਛੱਲੇ ਵਿੱਚ 2 ਬਕਸੂਏ ਇਸ ਤਰ੍ਹਾਂ ਫਸਾਓ ਕਿ ਇੱਕ ਸੈੱਲ ਦੇ ਧਨ ਸਿਰੇ ਅਤੇ ਦੂਜਾ ਰਿਣ ਸਿਰੇ ਨੂੰ ਛੂੰਹਦਾ ਹੋਵੇ। ਇਹ ਚਿੱਤਰ ਦੁਆਰਾ ਸਪਸ਼ਟ ਹੈ। ਕੁੰਡਲੀ ਬਕਸੂਏ ਦੇ ਦੋਨੋਂ ਛੇਕਾਂ ਵਿੱਚ ਰੱਖ ਦਿਓ ਤਾਂ ਕਿ ਕੁੰਡਲੀ ਬਹੁਤ ਤੇਜ਼ੀ ਨਾਲ ਘੁੰਮਦੀ ਹੈ। ਜੇਕਰ ਅਸੀਂ 2 ਹੋਰ ਚੁੰਬਕ ਕੁੰਡਲੀ ਉੱਪਰ ਰੱਖੀਏ ਤਾਂ ਕੁੰਡਲੀ ਹੋਰ ਤੇਜ਼ੀ ਨਾਲ ਘੁੰਮਦੀ ਹੈ। ਚੁੰਬਕ ਦੀ ਦਿਸ਼ਾ ਬਦਲਣ 'ਤੇ ਕੁੰਡਲੀ ਦੀ ਗਤੀ ਹੌਲੀ ਹੋ ਜਾਂਦੀ ਹੈ। ਇੱਕ ਅੰਡਾਕਾਰ ਕੁੰਡਲੀ ਵੀ ਤੇਜ਼ੀ ਨਾਲ ਘੁੰਮਦੀ ਹੈ। ਇੱਕ ਅੰਡਾਕਾਰ ਕੁੰਡਲੀ ਬਹੁਤ ਤੇਜ਼ੀ ਨਾਲ ਘੁੰਮਦੀ ਹੈ। ਅਸੀਂ ਕਈ ਤਰ੍ਹਾਂ ਦੀਆਂ